رحم اللہ من کر الفاتحہ، بسم اللہ الرحمن الرحیم، الحمد للہ رب العالمین، الرحمن الرحیم مالک یوم الدین، ایک نعبد و ایک نستعین، اہدنا الصراط المستقیم صراط الذین انعمت علیہم غیر المغضوب علیہم ولا الضالین. اللہم صلی علی محمد و آل محمد واجل فرج آل محمد. بسم اللہ الرحمن الرحیم. أعوذ بالله من الشيطان اللعين الرجيم. بسم الله الرحمن الرحيم. يا علي توي میرا امام، مومن منافق دی پہچان. الحمدللہ رب العالمین والعاقبت للمتقین والجنت للمومنین ونار الكافرین والمنافقین الصلاة والسلام على من كان نبيا وآدم بين الماء والدين صلوا. کہ نہیں جی میں عطا ہے تو اڈتے اویں بلند سلوات الصلوات والسلام علی سیدات الجلیلات المخدومات المحرومات المرا سے ابیہا سیدات النساء العالمین. لوگ اٹھے ہوئے پتار حسین چاہے بلاؤں نوکراں بابا لمحے دا انتظار نہیں، میں تاں فقط پہلا لفظ ہی مصاحب دا کھاں پا
ਪਰ ਹੁਕਮ ਆ ਜੋ ਬਜ਼ੁਰਗਾਂ ਦੇ ਲੈ ਜੇ ਛਿਕ ਬੰਦ ਪੜਨੇ ਲੂ ਕੁੱਠੇ ਹੋਏ ਪੁੱਤਰ ਹੁਸੈਨ ਚਾਹੇ ਇਹ ਨਹੀਂ ਜੋ ਤੁਸੀਂ ਹੁਣ ਹੈ ਕੀਤੀ ਏ ਬਈ ਵੇਲੇ ਮੂੰਹ ਸੋਹਣੀ ਮੁਕਾਨ ਨਿਕਤੀ ਵੇ ਤੇ ਰੋਂਦੇ ਬੰਦੇ ਦੀ ਦੁਆ ਜਲਦੀ ਕਬੂਲ ਆਉਂਦੀ ਏ ਦੁਆ ਮੰਗੀ ਕਰੋ ਕਦਾਂ ਕੋਈ ਪਿਓ ਪੁੱਤਰ ਦੀ ਲਾਸ਼ ਪੜਦਾ ਪਿਆ ਰਾਤ ਦਾ ਪਰਨਾ ਸ਼ੇਰੀਆਂ ਵਾਲਾ ਦੂਜਾ ਸੋਹਣਿਆਂ ਦਾ ਹੈ ਕਰੋ ਨਾ ਸਾਰੇ ਰਲੋ ਇੱਕ ਰਾਤ ਦਾ ਪਰਨਾ ਸ਼ੇਰੀਆਂ ਵਾਲਾ ਦੂਜਾ ਸੋਹਣਿਆਂ ਦਾ ਸੁਲਤਾਨ ਹੁਣ ਮੇਰੇ ਕੋਲ ਪੁੱਛੋ ਸਯਦਾ ਦਾ ਚਾਏ ਜੋ ਹਿਸ ਹੁਸੈਨ ਕਿਹੜੇ ਅੰਦਾਜ਼ ਦੇ ਨਾਲ ਚਾਏ ਪੜਦਾ ਪਿਆ ਕਾਸਿਮ ਦੀ ਲਾਸ਼ ਕੋਈ ਜਾਇਸ ਜਿਵੇਂ ਕਾਰੀ ਚਾਏ ਕੁਰਾਨ ਅਕਬਰ ਕੋ ਚੰਦਿਆਂ ਦਿਲ ਲੱਗ ਗਈ ਪਿਓ ਬੁੱਢੜਾ ਪੁੱਤਾ ਬੱਲਾ ਪਹਿਲੀ ਹਾਜ਼ਰੀ ਨਹੀਂ ਇਬਤਦਾ ਕੀਤੀ ਅਦਾਕਰੀ ਦੀ ਤੇ ਤੁਹਾਡੇ ਸਾਹਮਣੇ ਪੜਨ ਲੱਗੇ ਮੈਂ ਤੁਹਾਡੇ ਮਿਜ਼ਾਜਾਂ ਤੋਂ ਵਾਕਿਫ ਹਾਂ ਤੁਸਾਂ ਮੇਰੇ ਮਿਜ਼ਾਜ ਤੋਂ ਵਾਕਿਫ ਹੋ ਮੈਂ ਆਪਣੀ ਜ਼ਾਕਰੀ ਤੋਂ ਪੜ੍ਹਦੇ ਹੀ ਲੁਖ ਰਹਿਣਾ ਤੇ ਸਯਦਾ ਅੱਜ ਦੁਆ ਪਿਆ ਕਰੇਨਾ ਤੁਸਾਂ ਬਹੁਤ ਸੋਹਣਾ ਜ਼ਿਕਰ ਸੁਣਦੇ ਹੋ ਸ਼ਾਲਾ ਇਹੋ ਜ਼ਿਕਰ ਤੁਹਾਡੀਆਂ ਨਸਲਾਂ ਚ ਆਬਾਦ ਹੁਸੈਨ ਦੇ ਸਿਹਰਾਂ ਵਾਲਾਂ ਦਾ ਸਦਕਾ ਮੌਲਾ ਤੋਂ ਕੋ ਕਹਿਣ ਦਾ ਮੋਹਤਾਜ ਨਾ ਕਰ ਸ਼ਾਲਕ ਕਹਿਣ ਦੇ ਸਿਹਰਾਂ ਵਾਲੇ ਨੰਬਰ ਡਾ ਮੁਹਰਮ ਦੀ ਰਾਤ ਮੈਂ ਮਜਲਿਸ ਦਾ ਆਗਾਜ਼ ਕਰ ਛੋੜੇ 12-14 ਮਿੰਟਾਂ ਦੀ ਤਮੀਦ ਤੇ ਚੰਦ ਵੈਣ ਭੈਣ ਤੇ ਭਰਾ ਦੀ ਇਕੱਠੇ ਛੇਕੜੀ ਰਾਤ Oh.
ਦਾ ਮੁਹਰਮ ਦੀ ਰਾਤ ਮੈਂ ਆਖੇ ਭੇਣ ਤੇ ਭਰਾ ਦੀ ਇਕੱਠੇ ਛੇਕੜੀ ਰਾਤ ਮੇਰੇ ਇਸਦਾਂ ਲਵੀਰ ਮਿੰਬਰ ਤੇ ਮੌਜੂਦ ਨੇ ਕੁ ਜ਼ਿਕਰ ਦੀ ਕਸਮ ਹੈ ਜਿਵੇਂ ਹੀ ਸੱਤਰ ਤੇ ਹੈ ਦਾ ਹੱਕ ਬਣਦਾ ਹਾਂ ਨਾ ਮੈਂ ਦੋ ਦਫ਼ਾ ਸੱਤਰ ਅਦਾ ਕੀਤੀ ਏ ਤੁਸਾਂ ਹੱਕ ਅਦਾ ਨਹੀਂ ਕੀਤਾ ਮੈਂ ਇਹ ਲਫ਼ਜ਼ ਨੂੰ ਤਬਦੀਲ ਕਰਕੇ ਆਦਾ ਤੇ ਲਿਖਣਾ ਚਾਹੁੰਦਾ ਈ ਤਾਦਾਦ ਵਿੱਚ ਕਿਤਨੇ ਨੇ ਜਿਹੜੇ ਹੱਕ ਅਦਾ ਕਰੇ ਸਨ ਮੈਂ ਆਖਿਆ ਮੁਹਰਮ ਦੀ ਰਾਤ ਨਿੱਕੂ ਚੱਕ ਲਿਓ ਅਲੀ ਦੀਆਂ ਧੀਆਂ ਦੇ ਬੁਰਕੇ ਦੀ ਛੇਕੜੀ ਬਲਾਉਣ ਇਵੇਂ ਜ਼ਿਕਰ ਸੁਣਨ ਦਾ ਹੱਕ ਬਣਦਾ ਜਿਵੇਂ ਹੁਣ ਹੈ ਕੀਤੀ ਈ ਰਾਤ ਕੋ ਹਰ ਮਾਂ ਪੁੱਤਰ ਕੋ ਆਉਣ ਵਾਲੇ ਡੀਂ ਵਾਸਤੇ ਤਿਆਰ ਕੀਤਾ ਇੱਕ ਮਾਂ ਏ ਜਿਹੜੀ 13 ਸਾਲਾਂ ਦੇ ਪੁੱਤਰ ਦਾ ਸਰ ਝੋਲੀ ਚ ਪਾਤੀ ਬੈਠੀ ਏ ਆਦੀ ਬੈਠੀ ਏ ਕਾਸਿਮ 3 ਸਾਲਾਂ ਦਾ ਹਾਵੇ ਜਦਾਂ ਯਤੀਮ ਥੀਏ ਦਸ ਸਾਲ ਤੇਰੀ ਯਤੀਮੀ ਕੋ ਲੰਘ ਗਏ ਮੈਂ ਬਚੜਾ ਇਨ ਦਸ ਸਾਲ ਦੇ ਅਰਸੇ ਚ ਮੈਂ ਤੇ ਕੋ ਯਤੀਮੀ ਦਾ ਅਹਿਸਾਸ ਨਹੀਂ ਥਿਵਣ ਦਿੱਤਾ ਤੇਰਾ ਬਾਬਾ ਟੁਰ ਗਿਆ ਹਾ ਪਰ ਤੇ ਕੋ ਕਈ ਮੌਕੇ ਤੇ ਪਿਓ ਦੀ ਲੋੜ ਪਈ ਏ ਤਾਂ ਮੈਂ ਪਿਓ ਬਣ ਗਈ ਹਾਂ ਤੇ ਕੋ ਮਾਂ ਦੀ ਲੋੜ ਪਈ ਏ ਤਾਂ ਮੈਂ ਮਾਂ ਬਣ ਗਈ ਹਾਂ ਕਾਸਿਮ ਮੈਂ ਤੇ ਕੋ ਕਦਾ ਕੁਝ ਨਹੀਂ ਮੰਗਣ ਦਿੱਤਾ ਤੇ ਤਾਰੀਖ ਪੜ੍ਹ ਕੇ ਦੇਖੋ ਮੈਂ ਕੋ ਤੁਹਾਡੀਆਂ ਹੰਝੂਆਂ ਦੀ ਕਸਮ ਏ ਈ ਮਾਂ ਪੁੱਤਰ ਕੋ ਈ ਅੰਦਾਜ਼ ਦੇ ਨਾਲ ਪਾਲਾ ਹਾ ਉਲਮਾ ਲਿਖਦੇ ਹਨ ਈ ਆਪਣੀ ਕਾਸਿਮ ਦੀ ਜ਼ਿੰਦਗੀ ਦੇ ਵਿੱਚ ਕਦਾ ਕਾਸਿਮ ਕੋ ਹੱਥਾਂ ਦੇ ਨਾਲ ਨਿਵਾਲੇ ਹੀ ਨਾ ਖਾਣ ਜਿੰਨਾ ਹੈ ਕੀਤੀ ਏ ਸ਼ਾਲਾ ਮਾਸ਼ਾ ਦੀ ਚੌਕ ਇਹ ਖਾਣੇ ਹੀ ਆਪਣੇ ਹੱਥਾਂ ਨਾਲ ਖਵੇਂਦੀ ਮੈਂ ਬਿਸਮੇ ਲੱਗ ਬੀਬੀ ਆਦੀ ਏ ਮੈਂ ਤੇ ਕੋ ਕਦਾ ਕੁਝ ਨਹੀਂ ਮੰਗਣ ਦਿੱਤਾ ਮੈਨੂੰ ਦੇਖ ਤੇਰੀ ਬੇਵਾ ਮਾਂ ਹਾਂ ਤੂੰ ਹੈ ਅਲੀ ਜੈ ਸਖੀ ਦਾ ਪੋਤਰਾ ਅਮੀਰ ਪਿਓ ਦਾ ਪੁੱਤਰ ਏ ਮੈਂ ਤੇ ਕੋ ਕੁਝ ਨਹੀਂ ਮੰਗਣ ਦਿੱਤਾ ਅੱਜ ਆਪਣੀ ਮਿਹਨਤ ਦੀ ਉਜਰਤ ਮੰਗਦੀ ਆ ਮੈਂ ਕੋ ਖਾਲੀ ਨਵਲ ਕਾਸਿਮ ਦੇ ਹੁਕਮ ਕਰ ਕਿਆ ਮੰਗਣੀ ਬੀਬੀ ਆਦੀ ਮੰਗਣ ਦੀ ਲੋੜ ਨਹੀਂ ਮੈਂ ਬਤੂਲ ਦੀ ਨੋਹਾਂ ਵਕਤ ਮਜਬੂਰ ਕੀਤਾ ਦੁਨੀਆਂ ਦੀ ਕੋਈ ਸ਼ੈ ਨਾ ਮੰਗਦੀ ਮੈਂ ਆਪਣੀ ਉਜਰਤ ਹੀ ਆ ਮੰਗਦੀ ਆ ਮੇਰੇ ਨਾਲ ਵਾਅਦਾ ਕਰ ਹਾਲੇ ਅਕਬਰ ਮਾਂ ਕੋਲ ਹੋਵੇ ਤੇਰੀ ਲਾਸ਼ ਇੱਕ ਦਫਾ ਸੋਚ ਤਾਂ ਸਹੀ ਜਿਹੜੀ ਖਾਣਾ ਹੱਥਾਂ ਨਾਲ ਖਵੇਂਦੀ ਆ ਅੱਜ ਪੁੱਤਰ ਕੋਲ ਮੰਗਾ ਕਿਆ ਅਕਬਰ ਮਾਂ ਕੋਲ ਤੇਰੀ ਮੈਂ ਸਵਾਬ ਸਮਝ ਕੇ ਤੁਹਾਡੇ ਚਿਹਰੇ ਦੇ ਦੱਸਾਂ ਕਾਸਿਮ ਆਦੇ ਮੈਂ ਕੋ ਖੀਰ ਬਖਸ਼ ਮੈਂ ਕੋ ਖੀਰ ਬਖਸ਼ ਮੇਰੇ ਚਾਚੇ ਬਜ਼ੁਰਗਵਾਰ ਦੇ ਲਫ਼ਜ਼ ਮੌਲਾ ਦਰਜਾਤ ਬੁਲੰਦ ਫਰਮਾਉਣ ਮੇਰੀ ਜ਼ਾਕਰੀ ਇੱਕ ਪਾਸੇ ਉਹਨਾਂ ਦੀ ਆ ਸੱਤਰ ਇੱਕ ਪਾਸੇ ਮੈਂ ਆਪਣੀ ਜ਼ਾਕਰੀ ਵੀ ਬਜ਼ੁਰਗਾਂ ਲਈ ਕਰਿੰਦਾ ਉਹਨਾਂ ਦੀ ਯਾਦ ਮੈਂ ਆਦਾਂ ਰਾਵੇ ਤੇ ਅੱਲਾਹ ਕਰੇ ਇਹ ਜ਼ਾਕਰੀ ਸਾਡੀਆਂ ਨਸਲਾਂ ਚ ਆਬਾਦ ਇਹੋ ਜ਼ਿਕਰ ਆਬਾਦ ਰਾਵੇ ਤੁਹਾਡੇ ਵਾਸਤੇ ਤਾਂ ਦੁਆ ਗੋਆ ਹਰ ਵੇਲੇ ਉੱਪੜਦੇ ਰਹਿੰਦੇ ਹਨ ਜਿੰਨਾ ਆਖੇ ਸੀ ਨਾ ਖੀਰ ਬਖਸ਼ ਬੀਬੀ ਆਦੀ ਖੀਰ ਉਹਲੇ ਬਖਸ਼ੇ ਸਾਂ ਜਿੰਨਾ ਲਾਸ਼ ਦੇਖ ਸਾਂ ਪੜਦੇ ਲਾਉਂਦੇ ਹਨ ਪਹਿਲੇ ਨਾਦ ਨਾਲ ਸੁੱਤਾ ਪਿਆ ਵੱਤ ਤੜੇਪ ਕੇ ਉੱਠੀ ਖੜੇ ਤੇ ਕਦਮਾਂ ਤੇ ਹੱਥ ਰੱਖ ਕੇ ਆਦੇ ਅੰਮਾ ਖੁਸ਼ ਨਸੀਬ ਮਾਵਾਂ ਹੋਸਨ ਜਿਨ੍ਹਾਂ ਦੇ ਪੁੱਤਰਾਂ ਦੀਆਂ ਲਾਸ਼ਾਂ ਆਸ਼ਨ ਕਾਸਿਮ ਆਦੇ ਮੈਂ ਕੋ ਰਾਜ ਕੇ ਦੇਖ ਮੇਰੀ ਲਾਸ਼ ਨਹੀਂ ਆਵਣੀ ਮੇਰੀ ਗੰਠੜੀ ਬਾਜ ਅਲਮਾਨ ਅਲਮਾਨ ਕਿਹੜੇ ਪਾਸੇ ਦੇਖਾਂ ਇੱਕੋ ਜਿਹੇ ਪੈਰੋਂ
ਬੀਬੀਆਂ ਦੀ ਆਵਾਜ਼ਾਂ ਪਈ ਕਰੇ ਦੀਆਂ ਜੀਂਦੀ ਹੋਸਾਂ ਖੀਰ ਉਹਲੇ ਬਖਸ਼ਿਸ਼ ਹੁਣ ਮਾਂ ਕੁਰੋਂ ਦਾ ਡਿਟਸ ਆਦੇ ਅੰਮਾ ਜਿਹੜੀ ਸ਼ੈਲਾ ਦੀ ਰਾਹ ਤੇ ਕੁਰਬਾਨ ਕਰੀਂਦੀ ਏ ਰੋਈਂਦਾ ਨਹੀਂ ਅੰਮਾ ਰੋਂਦੀ ਕਿਉਂ ਏ ਬੀਬੀ ਆਦੀ ਏ ਤੈ ਕੋ ਨਾ ਰੋਂਦੀ ਤੇਰੇ ਵਿਛੋੜੇ ਕੋ ਨਾ ਰੋਂਦੀ ਤੇਰੀ ਮੌਤ ਕੋ ਨਾ ਰੋਂਦੀ ਅੰਮਾ ਕਿਹੜੇ ਦਰਦ ਕੋ ਰੋਂਦੀ ਹਾਂ ਨਾ ਲਾ ਕੇ ਆਦੀ ਏ ਮਾਂ ਜਵਾਂ ਹਸਰਤ ਰੋਂਦੀ ਏ ਮੇਰੀ ਹਸਰਤ ਈ ਕਦਾਂ ਤਾਂ ਤੂੰ ਸੇਰਾ ਪਾਵੇਂ ਤੇ ਤੁਹਾਡੀ ਸੋਹਣੀ ਹੈ ਦੀ ਕਸਮ ਏ ਹੁਸੈਨ ਰਾਤ ਦੇ ਉਹ ਆਖਰੀ ਪਾਰ ਚ ਭਰਜਈ ਦੀ ਹਸਰਤ ਪੂਰੀ ਕੀਤੀ ਹੁਸੈਨ ਭਤਰੀਜੇ ਕੋ ਸੇਰੇ ਪਾਤੇ ਪਰ ਤੁਸਾਂ 70 ਇੱਕ ਜ਼ਹਿਨ ਚ ਰੱਖੋ ਮਾਂ ਉਜਰਤ ਕੇ ਮੰਗੀ ਬੋਲੋ ਨਾ ਅਕਬਰ ਮਾਂ ਕੋਲ ਤੇਡੀ ਇਹ ਉਜਰਤ ਮੰਗੀ ਮੈਂ ਢੇਰ ਲਫ਼ਜ਼ ਛੋੜ ਦਿੱਤੇ ਪਹਿਲਾ ਪਹਿਲਾ ਸ਼ਹੀਦ ਅਲੀ ਅਕਬਰ ਹਾਸ਼ਮੀਆਂ ਚੋਂ ਅਕਬਰ ਮੈਦਾਨ ਗਿਆ ਅਕਬਰ ਲਹਿ ਗਿਆ ਹੁਸੈਨ ਅਕਬਰ ਦੀ ਲਾਸ਼ ਖੈਮਾ ਚ ਘਿਨ ਆਇਆ ਕਾਸਿਮ ਮਾਂ ਦੇ ਖੈਮਾ ਚ ਆਏ ਬਜ਼ੁਰਗ ਪੜਦੇ ਰਹਿੰਦੇ ਇਹਨੂੰ ਆਏ ਤਾਂ ਮਾਂ ਇਡੇ ਮੂੰਹ ਕੀਤਾ ਇਹਨੂੰ ਆਏ ਤਾਂ ਮਾਂ ਇਡੇ ਮੂੰਹ ਕੀਤਾ ਈ ਪਾਸੇ ਆਏ ਤਾਂ ਮਾਂ ਈ ਪਾਸੇ ਮੂੰਹ ਕੀਤਾ ਹਰ ਪਾਸੇ ਕਾਸਿਮ ਮੁੜਦਾ ਆਏ ਮਾਂ ਰੁਖ ਤਬਦੀਲ ਕਰੇਂਦੀ ਏ ਜਿੱਦਾਂ ਡਿੱਠੇ ਸਮੈਦੋ ਨਹੀਂ ਦੇਦੀ ਆਸਮਾਨ ਤੋਂ ਦੇਖ ਕੇ ਆਦੇ ਸੱਚ ਆਦੇ ਨੇ ਯਤੀਮ ਕੋਈ ਨਾ ਹੋ ਬੀਬੀ ਆਦੀ ਏ ਇੱਕ ਦਫਾ ਮੂੰਹ ਬਹਿ ਪਾਸੇ ਫੇਰਮ ਯਤੀਮੀ ਦਾ ਅਹਿਸਾਸ ਹੋਏ ਇਹ ਜੋ ਮੈਂ 10 ਸਾਲ ਤੇ ਕੋਈ ਯਤੀਮੀ ਨਹੀਂ ਬੁੱਝਣ ਦਿੱਤੀ ਉਜਰਤ ਤਈਓ ਕੁਝ ਮੰਗੀ ਐਮ ਉਹ ਦੇਖ ਅਕਬਰ ਦੀ ਮਾਂ ਅਕਬਰ ਦਾ ਖੂਨ ਵਾਲਾਂ ਤੇ ਲਈ ਬੈਠੀ ਏ ਤੂੰ ਜੀਨੇ ਮੈਂ ਤੈਨੂੰ ਦੇਖਾਂ ਕਦਮਾਂ ਤੇ ਹੱਥ ਰੱਖ ਕੇ ਆਦੇ ਕਿਹੜੇ ਪਾਸੇ ਵੰਨਾ ਤੂੰ ਅਲੈਂਦੀ ਨਾ ਚਾਚੇ ਤੋਂ ਐਨਾ ਤਾਂ ਕੰਡ ਕਰਕੇ ਰੋਂਦਾ ਏ ਮੈਂ ਕੋ ਆਦੇ ਤੂੰ ਜੋ ਮੌਤ ਦੀ ਇਜਾਜ਼ਤ ਮੰਗਣਾ ਤੈ ਕੋ ਕਿਵੇਂ ਟੋਰਾਂ ਤੇਰੇ ਟੁਰ ਵੰਜਣ ਨਾਲ ਮੇਰੇ ਟੂ ਨੁਕਸਾਨ ਹੋਣਾ ਕਾਸਿਮ ਤੂੰ ਟੁਰ ਵੇ ਸੈਂ ਪਰਦੇਸ ਚ ਮੇਰੀ ਧੀ ਬੇਵਾ ਹੋਵੇ ਮੈਂ ਕੁਆਦਾ ਤੂੰ ਟੁਰ ਵੇ ਸੈਂ ਮੇਰੇ ਬਿਰਾ ਦੇ ਘਰ ਕੋ ਜੰਦਰਾ ਆਵੇ ਸੈਂ ਬੀਬੀ ਆਦੀ ਏ ਚਾਚੇ ਕੋ ਮੈਡੋ ਸੱਡ ਮੈਂ ਕੋ ਮਾਂ ਸਡੇਂਦੇ ਮੈਂ ਕੋ ਮਾਂ ਸਡੇਂਦੇ ਸਿਰਫ ਸਡੇਂਦਾ ਨਾ ਸਮਝੇਂਦਾ ਬੀਬੀ ਆਦੀ ਏ ਮੈਂ ਇਜਾਜ਼ਤ ਗਿਣਨੇ ਦੀਆਂ ਕਾਸਿਮ ਦੱਸੇ ਚਾਚਾ ਮਾਂ ਯਾਦ ਕੀਤਾ ਸ਼ਾਹ ਫਰਮਾਇਆ ਮੇਰਾ ਕਾਸਿਮ ਮਚੜਾ ਸ਼ਾਲ ਤੂੰ ਤਾਂ ਜੀਵੇਂ ਜਗ ਤੇ ਚਾਚਾ ਤੇਡਾ ਜੀਂਦਾ ਵਧੇ ਬਸ ਤੈ ਬਚੜੇ ਦੀ ਤਗ ਤੇ ਫਰਮੈਂਦਨ ਮੈਂ ਕਵੀਰ ਹਸਨ ਆ ਯਾਦ ਵਹਿੰਦਾ ਹੈ ਜਦੋਂ ਦੀਦ ਪਾਉਂਦੀ ਤੜੀ ਪਗ ਤੇ ਕਿਵੇਂ ਇਜਾਜ਼ਤ ਮੌਤ ਦੀ ਦੇਵਾਂ ਤੜੀ ਮਾਂ ਦੇ ਆਖੇ ਟੱਕਰਾਂ ਵਧਾ ਮਰਿੰਦੇ ਦੁਆ ਵਧਾ ਮੰਗਦਾ ਮੈਂ ਡਾਲਾ ਜ਼ਮੀਨ ਫਟ ਵੰਜੇ ਮੈਂ ਹੁਣੇ ਮਰ ਵੰਜਾ ਜੋਲੀਆਂ ਚ ਜ਼ਿਕਰ ਸੁਣਨ ਲੱਗੇ ਉਹ ਸੁਣਦੇ ਰਹਿੰਦੇ ਹੋ ਉਲਮਾ ਦਾ ਕਰੀਨ ਪੜਦੇ ਮਾਂ ਇੱਕ ਤਵੀਦ ਬਧਾਇਆ ਇਹ ਪਿਓ ਦਾ ਲਿਖਾ ਹੋਈ ਔਖੇ ਵੇਲੇ ਤਵੀਦ ਹਰਕਤ ਕਰੇ ਸੀ ਆ ਤੇਰੀ ਮੁਸ਼ਕਲ ਕੁਸ਼ਹੀ ਕਰੇ ਸੀ ਇਹਦੇ ਕੋਲ ਔਖਾ ਵੇਲਾ ਹੋ ਸਕਦਾ ਤਵੀਦ ਹਰਕਤ ਕੀਤੀ ਕਾਸਿਮ ਖੋਲਾ ਉਹ ਤਵੀਦ ਨਾ ਉਹ ਖੂਨ ਦੇ ਨਾਂ ਲਿਖਾ ਹੋਇਆ ਵੱਡੇ ਭਰਾ ਦਾ ਛੋਟੇ ਭਰਾ ਦੇ ਨਾਵੇਂ ਖਤਾ ਤਾਕੇ ਬਸਨ ਦਾ ਹੁਸੈਨ ਦੇ ਨਾਵੇਂ ਲਿਖਾ ਹੋਇਆ ਖਤਾ ਪਿਓ ਦਾ ਖਤ ਅੱਖਾਂ ਨਾਲ ਲੈਸ ਚਾਚੇ ਦੇ ਕੋਲ ਆ ਕੇ ਆਦੇ ਚਾਚਾ ਹੁਣ ਇਜਾਜ਼ਤ ਦੇਵਣੀ ਪੁੱਸ ਹੁਸੈਨ ਆਦੇ ਮਾਂ ਕੋਲ ਵੱਡੀ ਸਿਫਾਰਿਸ਼ ਗਿਣੇ ਖਤ ਵਧਾ ਕੇ ਆਦੇ ਵੱਡੇ ਭਰਾ ਦਾ ਖਤ ਹੁਸੈਨ ਤਲੀਆਂ ਟੇਕ ਕੇ ਮਿੱਟੀ ਤੋਂ ਉੱਠੇ ਕਾਸਿਮ ਦੇ ਗੱਲ ਚ ਵਹੀ ਪਾ ਕੇ ਆਦੇ ਇੱਕ ਬੈ ਕੋਲ ਉਬਾਲਿਓ ਤੁਹਾਡੀਆਂ ਲਾਸ਼ਾਂ ਮੈਂ ਚੈਸਾ ਮੈਡੀ ਲਾਸ਼ ਕੌਣ ਸਹੀ ਆਜ਼ਾਦ ਹੈ ਮੈਡੀ ਤਾਂ ਹਸਰਤ ਏ ਕੋਈ ਮੈਡਾ ਹੋਵੇ ਜਿਹੜਾ ਮੈਡੀ ਲਾਸ਼ ਮੇਰੀ ਭੈਣ ਦੇ ਖੈਮੇ ਚ ਜਵਾਨੀਆਂ ਮਾਣੇ ਜਵਾਨੀਆਂ ਮਾਣੇ ਵਾਜ ਫਰਮਾਨ ਮੇਰੇ ਭਰਾ ਦਾ ਖਤ ਦੇ
میرے بابے ہونا پڑھ دینا نین خط پڑھن دی کوشش کیتی اس پڑھ نہیں سنگا اے انداز دے نال پہلے بھرا دی تحریر اکھا نال لئیے اس وقت مدینے دا منہ کر کے آدھے تیری تحریر میں کو لب پئیے آج تیری تحریر کو اکھی نال نلاواں ہاتھ تے دی قسم دی دوں ویلے دی مک گئی ہے جڑے ویلے دی میں اکبر دے سینے تو پرچھی وقت سترہ پڑیاں نے پہلی ستر تے لکھا ہے حسین میرے یتیم کو بنرا بناویں آدھے آلیک سیرے پاتی کھڑے وقت لکھو اے اکبر دی جاگیر اچ قبر دی جانے میں شاید لالا اے میری ذاکری دا شاید اے اوکھا جملے اے اگر ان دی قدر کر وینن میں کو اگاں پڑھن دی لوڑ ہی کوئی نہیں ایک چھوٹا جیا اشارہ کریں نا جڑے قدر کر سکدے ہو آخری ستر تے لکھو اے حسین تیرے اکبر دی جاگیر اچ جا گھٹ ہوے گھبراویں نہیں میرا بچڑا کٹھا تھی کے سامنے حسن آدھا اتنی جھا دے میں ماں ہکا گنڈی رکھ کے شام ٹور اللہ مان بھلاؤں نے جی بھلاؤں کرلاؤں نہ جڑے پچھا کھڑے ہو یار زندگی دا کوئی پتہ ہے میں نوکر ہاں اتنی جھا دے میں ماں ہکا گنڈی رکھ کے شام ٹور فرمین نے ایڈا ابالا جو ہیں ماں کو آگ تک کو تیار کرے گھوڑے تے سوار میں آپ کرے سا ماں دے خیمہ چاہے اماں اجازت مل گئی ہے میری ماما حوصلہ دے کو کر بلا دی ماں دا بے پاسے منہ کر کے آ دے وقت میں ڈو کیوں ہے اکبر دو کیوں نہیں گیا اما اپنی مرضی نال نہ آیا چاچے حکم نال بھیج ماں کو آگ تک تیار کرے بی بی آدھی اجے تے کو بھیجے میں کو ماں سڈیند امام دراز سمجھ گئی چاچے واسطے بھیجی میں کو ڈسا بنری کول حق مار بخشوئی قاسم آدھے کی میں بخشا میں کو شرم آدھی بلا انہیں جنا ہے کی تھی اما حق مار کی میں بخشوا میں تھوڑی آواز لے دی موت دی اجازت کی میں گن بی بی آدھی اجول میں اجازت گنے دیا سخی پیو دی دیئے پتر دے نال ای آ کے ڈٹھے اکبر دی بھین مٹی تے بیٹھی وال کھول کے خاک روا کے وین بیٹھی کریں دیے اکبر تو سیرے پاویں آ تیرا پلو میں آپ بسا بی بی آدھی قاسم تو رکوان میں آپ وینی ہوں تو ناویں تیرے ہتھاں تے مہندی لگی ہوئی ہے اوندا کنوارا بھرا میں وانج کے او کو بھرا دی مکان نے نی جڈا وین وت سے اشارہ کرے سا لگاویں منت لاویں اوندے سامنے ناویں اوندی کان پچھو کھنے یا ستر دین اچ رکھے اوندی کان پچھو کھنے قاسم رک گئے ماں خیمہ دے اندے رہیے نوے میں حسین دی دی دے گالچ پا کے آ دیا دکھیا توانے اکبر دے وڈے ارمان حسین دی دی آ دیا چاچی تو دے سا جڑی بھین دا اکبر دیا بھرا مرونے ہوں دا جیون تکوڑ چادر دا اشارہ کر کے آ دیا ہون لنگا قاسم حکم مطابق کان کی چکھڑ گئے گالی چپائی کڈیاں نس مری دھی منے نیاں وستے ہاوے ہون انجر گئے ہو اندے کول وڈا تہاڈا کوئی نقصان نہیں تھی من پر تو حسین دی دھی
اگر این اوکھے ویلے تے تے کوئی سوال ہی سوال کرے خالی تن ولے سے نا چاچی لاکھ اکبر ٹر ونجن کدا خالی نہ ولے سا بی بی آدی میں ڈولے کمائے پنا رہی بیٹھیا بی بی آدی میں ڈولے کمائے منگا رہی بیٹھیا اما سوال ناک میرا بابا ہی تک ماں سڑیند حکم کار میری تا زندگی بھی تلے تو قربان میری ہر چہرے تے نگاہ پتھر دا دی لئی بے پاسے موقع اما کیا منگنی ہے بی بی آدیا میری منے نیے ہنگ دفعہ کھان پچھو لے جڑے دیاں لے بیٹھے حسین دی دی رٹے وارے سروں دا کھڑے آدیا ہندے کل پوچھ لے لٹی میں آروں دا ہے بی بی آدیا حق مار بخشوا منا آدیا بخشی بیٹھی موتی جایت منگنا آدیا ڈتی بیٹھی بیا کوئی حکم نہیں میری دی میں یہ دو منوانی آئین اٹھ کے بجان لگی ہے حسین دی دی ہاتھ کو قابو کیتا ہے نا چاچی اپنی دو منوانی آنی ایک میری مان بی بی آدیا کیڑی منا آدیا میری منی نیے بچڑے کو میڈو ساد میڈا میں دیا لہات بچڑے دے ہاتھ اچڑے اپنے بچڑے کو آدھ میں کو کوئی رستہ دکھائی ونے او جے دانا پہ کر ونے او جے دانا کوئی ساو میڈی نوکریج کمی نو سی بی بی آدیا میڈی منے نیے وقت بچڑے کو میڈو ساتھ ایک آنکھ میں کوئی رشتہ دکھائی ونی بہت سونے رو بیٹھے ہو چھوڑی ونیا تم کان میں دے ایسے دیو گے پر میری بانی ون دی اسی ادنا حاضری زندگی ایتا حاضری ہو سی پر اگلے سال وہ ہو سی جڑا رو سی زندگی دا نہیں پتا حسین چاہ کے سوار کیتا پیر کعبہ چ نہیں ناندے پیران تیرا کاداج حسین گانڈ ڈیتی بیٹا قاسم میدان آئے تقسیم ہو گئے کربلا دے جتنے بھی شہیدن کوئی گھوڑے دی زین تو انجلت ہے جڑے اشارے دی قدر کر سنگ دے ہو کوئی انجلت ہے جڑے بازو نال کوئی نین او انجلت ہے اے حسین دی کبار تے ہاتھ بیا رکھ دا ہکو حسان دا یتیم جڑا آدھی لتا ہے آدھی لتا ہے پامے سجے کبے لتا ہے اتے گھوڑے بھجان لگ گئے سنبا دے تلے قاسم دا وین ہے یتیم نواز او یتیم سمجھ کے آمینات یتیم تلاوان تک واسطہ اکبر اچھر داو میری تا تلہنا کبلاوان آدھے کدان سڈا چاچا مجبوری بڑھ گئی ہے میرے پاس گئے پائے او میرے پاس گئے پیر او رکاب دے وچ میں کو گھوڑے دعا آخری وین دعا منگی کرو ایک دفعہ بابا ہاتھ چا سونا روندا بیٹھے سارے ہاتھ چاؤ جڑے دھیاں رکھ دے ہو ہاتھ چاؤ دعا منگی کرو کہیں دے پتر اجڑے کہیں دیاں دھیاں نہ اجڑے حسین آدھے مری دھی کو گھناؤ مکان دیوار سی آ کے مکان چھل گن فضا روایت کریں دیے جدا میں سڈن گئی خیمہ چ ہاتھ ودی مرے دی فضا دیا بابا پیا سدیں دیا دیا
लाशा दवेण की वे करी मैं बाबे को आख बहर मन मैं वारे सी लाश ते आनी तोरे मातमी हत्ता दी कसम हुसैन बहर गए बनरी वारे सी लाश ते आई अगे 13 साल दा टोरा है अगे मुकम्मल हुन टुकड़े है टुकड़ां दा देख्या दी उठी जाग वे सेरिया वाले आ कोई खैर दी खबर सुनावे जे हाले चुप बैठे हो जेंदी शादी को 20 साल दा अरसा गुजर वने बंदा उंदे गारी वने ता शादी आला सेरा मौजूद होंदे मेरी कवई दी वे शादी आला गाना मौजूद होंदे निकु जाका ले इक रात दी परनी है एडी उजड़ गई है टुकड़ा दा देख क्या दिए तेरे सेरे खाक च रल गए ओ तोने गाना वापस ला कोई अमीर दीदी कोई गरीब दीदी घरों टुरिया उसन भावे अमीर जड़ा मजले सिचा के मिट्टी तबावे नहीं पता लगदा कौन अमीर नहीं पता लगदा कौन गरीब चार वेन की दनेश कासिम जवाब नहीं दिता पंजवाई ओ जी अमेर की दस हर टुकड़े लपाए काखी है वारिस दी लाज तो देख क्या दिए ओ अमीर दा पुत्रे जागता सही तै को मिलन गरीब दी दी आई मैडे पेके सामने मारे गए तै को मिलन पीने कोई पता नहीं हुण मोहर आला मैन मैं लगा वंजणा ते कुल्लां दा रामण ए वेण कीते हुसैन दी थी बाबा अगला वेण इमाम हसन दी थी ए इमाम सजाद हरम बाकर दी मां कासिम दी सकी भेण एडा मातम कीता रंग तब्दील हो गए छण पई हुसैन दी थी तलियां मलियन फरजाई लुट्टी माया जेंदे पेके मारे गए जेंदे सावरे मारे गए तेडा वारिस मौजूद तेडा पुत्तर मौजूद तू क्यों रोनी वेले फेर दे गल च बई पा के आजिए तेडे वीर दी नसल चो लख थी मेन मैं दे वीर दी नसल ता मुत गए इको लादा देख के घोड़े तू इंदी मादी कमर ता झुक ओ कोई पुत्र होंदा आज कासिम